ਕਿਆ ਬਾਤ ਆ ਭਾਜੀ ਯਾਰ, ਕਸਮ ਮਾਹੌਲ ਆ ਨਾ, ਬਹੁਤ ਕੁਦਰਤੀ ਆਫਤ ਆ ਗਈ ਇੱਥੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਟੂ ਆਈ ਪੀ ਸਿੰਘ ਵਲੋਗਸ। ਕੀ ਹਾਲ ਤੁਹਾਡੇ ਸਭ ਦੇ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਅੱਜ ਦਾ ਵਲੋਗ ਬਹੁਤ ਹੀ ਵਧੀਆ ਹੋਣ ਵਾਲਾ, ਕਿਉਂਕਿ ਮੈਂ ਅੱਜ ਕਾਫੀ ਟਾਈਮ ਬਾਅਦ ਆਪਣੇ ਦੋਸਤ ਨੂੰ ਮਿਲ ਰਿਹਾ। ਮੈਂ ਬਹੁਤ ਟਾਈਮ ਹੋ ਗਿਆ, ਬਾਕੀ ਤੁਹਾਨੂੰ ਟਾਈਟਲ ਤੋਂ ਪਤਾ ਚੱਲ ਜਾਏਗਾ। ਅਤੇ ਚਲੋ ਚੱਲਦੇ ਹਾਂ, ਉਹਨਾਂ ਨੂੰ ਮਿਲਦੇ ਹਾਂ ਅਤੇ ਤੁਹਾਨੂੰ ਵੀ ਬੁਲਾਉਂਦੇ ਹਾਂ ਅਤੇ ਘੁੰਮਦੇ ਫਿਰਦੇ ਹਾਂ। ਹਾਂਜੀ ਦੋਸਤੋ, ਹੁਣ ਮਿਲ ਗਏ ਮੇਰਾ ਦੋਸਤ ਅਮਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਬਹੁਤ ਚਿਰ ਬਾਅਦ ਮਿਲੇ ਹਾਂ ਅਸੀਂ, ਬਹੁਤ ਖੁਸ਼ੀ ਹੋ ਰਹੀ ਮੈਨੂੰ ਮਿਲ ਕੇ। ਠੀਕ ਨਹੀਂ? ਹਾਂ ਬਹੁਤ ਖੁਸ਼ੀ ਹੋ ਰਹੀ ਹੈ। ਅੱਛਾ, ਕਾਫੀ ਲੌਂਗ ਟਾਈਮ ਬਾਅਦ ਮਿਲ ਰਹੇ ਹਾਂ ਅਸੀਂ। ਅਮਨਦੀਪ ਸਿੰਘ, ਅਮਨਦੀਪ ਸਿੰਘ ਸੋਰੀ। ਅਤੇ ਭਾਬੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਉ ਨਾ, ਉਹ ਵੀ ਆਪਣਾ ਬੁਲਾ ਦੇ ਸਾਰਿਆਂ ਨੂੰ। ਕਿਸ ਟਾਈਮ ਅਸੀਂ ਜੈਨ ਮੰਦਰ ਦੇ ਕੋਲ ਖੜੇ ਹਾਂ, ਦੁਗਰੀ ਤਾਂਦਰਾ ਰੋਡ, ਤਾਂਦਰਾ ਰੋਡ 'ਤੇ। ਅਤੇ ਕਾਫੀ ਸਮੇਂ ਬਾਅਦ ਮੈਂ ਇਲਾਕੇ ਵਿੱਚ ਆਇਆ, ਕਾਫੀ ਬਦਲ ਚੁੱਕਾ ਵਾ। ਇੱਦਾਂ ਲੱਗਦਾ ਵੀ ਜਿੱਦਾਂ ਦਿੱਲੀ ਦੇ ਕਿਸੇ ਵੱਖਰੇ ਜਿਹੇ ਇਲਾਕੇ ਦੇ ਵਿੱਚ ਆ ਪੈਰ ਧਰ ਰਿਹਾ ਹੋਵੇ। ਅੱਛਾ, ਅਤੇ ਬਾਕੀ ਬਹੁਤ ਮੈਨੂੰ ਅੱਜ ਗਰਮੀ ਬਹੁਤ ਆ ਅਤੇ ਆਪਾਂ ਚੱਲੀਏ ਫਿਰ। ਅਸੀਂ ਸੋਚ ਰਹੇ ਹਾਂ ਵੀ ਕਿਤੇ ਜਾ ਕੇ ਕੋਈ ਤੂਫਾਨੀ ਹੋ ਜਾਏ। ਚਲੋ ਆਪਾਂ ਹੁਣ ਚੱਲਦੇ ਹਾਂ ਪੂਲ 'ਤੇ ਅਤੇ ਉੱਥੇ ਤੁਹਾਨੂੰ ਦਿਖਾਉਂਦੇ ਹਾਂ, ਲੈਂਦੇ ਹਾਂ ਨਜ਼ਾਰਾ। ਇੱਕ ਹੋਰ ਖਬਰ ਆ ਸਾਰੇ ਵੀਰਾਂ ਲਈ, ਨਰਿੰਦਰ ਦਮੋਦਰ ਦਾਸ ਨਰਿੰਦਰ ਮੋਦੀ ਇੱਕ ਵਾਰੀ ਫੇਰ ਇੰਡੀਆ ਦੀ ਧਰਤੀ 'ਤੇ ਲੁੱਟਣ ਵਾਸਤੇ ਆ ਰਿਹਾ, ਰਾਜ ਕਰਨ ਆ ਰਹੇ ਨੇ। ਅਤੇ ਸਾਰੇ ਬਹੁਤ ਹੀ ਹੱਸ ਹੱਸ ਕੇ ਨਾ ਕੋਸ਼ਿਸ਼ ਕਰ ਰਿਹਾ, ਉਹਨਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ। ਉਹਨਾਂ ਦੇ ਦਰਸ਼ਨ ਕਰਾਉਂਦੇ ਆ, ਥੋੜਾ ਜਿਹਾ ਨਾ ਸ਼ਰਮਾਉਂਦੇ ਨੇ। ਭਾਜੀ ਯਾਰ ਕਸਮ ਮਾਹੌਲ ਆ ਨਾ, ਬਹੁਤ ਕੁਦਰਤੀ ਆਫਤ ਆ ਗਈ ਇੱਥੇ। ਜਿਹੜੇ ਕੁਦਰਤੀ ਹਵਾ ਦੇ ਸੋਮੇ ਸਾਡੇ ਹਲਾ ਰਹੇ ਨਾ, ਇਹ ਕਿਸੇ ਹੋਰ ਹੀ ਮਾਹੌਲ ਦੇ ਵਿੱਚ ਲੈ ਕੇ ਜਾ ਰਹੇ ਸਨ। ਬਹੁਤੀ ਫਨੀ ਬੰਦੇ ਨੇ ਹਰਪਾਲ ਸਿੰਘ ਜੋ, ਸਾਰੇ ਪ੍ਰਭਾਵਿਤ ਹੋ ਗਏ, ਇਹਨਾਂ ਨੇ ਕੰਮ ਸਟਾਰਟ ਕੀਤਾ। ਸੋ ਦੋਸਤੋ ਬੜਾ ਵਧੀਆ ਮਾਹੌਲ ਹੈ, ਹਵਾ ਚੱਲ ਰਹੀ ਹੈ। ਕੈਸਾ ਦੇਖੋ, ਮੈਂ ਤੁਹਾਨੂੰ ਮੋਟਰ 'ਤੇ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਨਾ, ਉੱਥੇ ਤੱਕ ਪਾ ਦਿਓ ਕੈਮਰੇ 'ਤੇ। ਆਹ ਮੋਟਰ ਦੇਖੋ ਤੁਸੀਂ ਕੈਸਾ ਯਾਰ ਕੰਮ ਹੈ ਨਾ। ਅਤੇ ਆਹ ਨਲਕਾ ਵੇਖੋ ਯਾਰਾ ਤੁਸੀਂ, ਜਿਹੜੇ ਲੋਪ ਹੀ ਹੋ ਗਏ ਨੇ ਬਿਲਕੁਲ। ਵੈਸੇ ਤਾਂ ਇਹ ਵੀ ਬੰਦ ਹੀ ਵਿਚਾਰਾ। ਅਤੇ ਹੋਰ ਅਮਨ ਭਾਅ ਜੀ, ਬਸ ਕਿਰਪਾ ਜੀ, ਕਿੱਦਾਂ ਕੰਮ ਕਾਰ? ਕੰਮ ਕਾਰ ਮੰਦਾ ਜੀ, ਕੰਮ ਕਾਰ ਮੰਦਾ ਜੀ। ਅਤੇ ਨਾਲ ਸਾਡਾ ਕਮਲ ਵੀਰ, ਕੀ ਹਾਲ ਆ ਵੀਰੇ? ਅਤੇ ਇਹ ਭਾਅ ਜੀ ਸਿੰਗਿੰਗ ਕਰਦੇ ਨੇ ਅਤੇ ਤਬਲਾ ਵੀ ਬਹੁਤ ਵਧੀਆ ਵਜਾਉਂਦੇ ਨੇ। ਅਤੇ ਪੱਗ ਤਾਂ ਇਹਨਾਂ ਦੀ ਫਿਰ ਕਿਆ ਹੀ ਬਾਤ ਹੈ ਨਾ, ਉਹ ਤਾਂ ਸ਼ਰਮੀਲੇ ਆ ਥੋੜ੍ਹਾ ਜਿਹਾ, ਕੈਮਰੇ ਨਾਲ ਥੋੜ੍ਹਾ ਜਿਹਾ ਇਹਨੂੰ ਡਰ ਲੱਗਦਾ, ਬਾਕੀ ਬੰਦਾ ਆਪਣਾ ਭਰਾ ਬਹੁਤ ਵਧੀਆ। ਕਰ ਦਿਓ ਮਹਾਰਾਜ ਸਬਸਕ੍ਰਾਈਬ, ਜਿੰਨੇ ਵੀ ਉਹਨਾਂ ਨੂੰ ਦੇਖਦੇ ਨੇ ਭਾਜੀ, ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਜਿੰਨੇ। ਆਓ ਫਿਰ ਤੁਹਾਨੂੰ ਹੁਣ ਪੂਲ 'ਤੇ ਲੈ ਕੇ ਜਾਂਦੇ ਹਾਂ, ਖੇਤਾਂ ਦੇ ਵਿੱਚ ਪੂਲ ਬਣਿਆ, ਪਹਿਲੀ ਵਾਰ ਤੁਸੀਂ ਦੇਖੋਗੇ, ਫਸਟ ਤੁਹਾਡਾ ਐਕਸਪੀਰੀਅੰਸ ਹੋਏਗਾ। ਅਤੇ ਚਲੀਏ, ਐਕਸਾਈਟਡ ਫਿਰ? ਚਲੋ ਜੀ, ਐਕਸਾਈਟਡ, ਬਹੁਤ ਐਕਸਾਈਟਡ, ਬਹੁਤ ਐਕਸਾਈਟਡ। ਚਲੋ ਆਓ ਚਲੀਏ। ਲਓ ਜੀ ਪਹੁੰਚ ਗਏ ਆਪਾਂ ਬਲਿਊ ਵਾਟਰ ਪੂਲ 'ਤੇ। ਹਾਂਜੀ ਮਹਾਰਾਜ, ਕੈਸਾ ਵਿਊ? ਬਹੁਤ ਅੱਛਾ ਵਿਊ ਆ ਰਿਹਾ। ਲਓ ਜੀ ਤੁਹਾਨੂੰ ਦਿਖਾਉਂਦੇ ਹਾਂ ਵਿਊ, ਚੈੱਕ ਕਰੋ ਯਾਰ। ਸਤਿ ਸ਼੍ਰੀ ਅਕਾਲ।
तो हाँ जी दोस्तों, आई होप तुहानू व्लॉग वधिया लग्या होएगा। बहुत सानू मज़ा आया अज पूल ते नहा के नाल अपने दोस्त अमन भाजी। हाँ जी नाल कमल भाजी, बहुत ही मज़ा आया अज सारे तुहाडे मित्रां नाल अपना परसनल टाइम शेयर करके। तो इस चैनल नू वध तो वध सबसक्राइब करो ते नाले शेयर करो, बैल आइकन की घंटी नू जरूर दबा देना ताकि तुहानू आने वाले सारे नोटिफिकेशन समय सिर मिलते रहन। चलो दोस्तों, इसे तरह ही मिलेंगे नेक्स्ट व्लॉग दे विच। जी कमल जी, तुसी की कहना चाहोगे?
ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਸਾਡੇ ਨਾਲ? ਮਜ਼ਾ ਆਇਆ ਤੁਹਾਨੂੰ ਤੁਹਾਡੇ ਨਾਲ ਮਿਲ ਕੇ? ਮਹਾਰਾਜ ਬਹੁਤ ਅੱਛਾ ਲੱਗਿਆ ਜੀ, ਪੁਰਾਣੇ ਸਮੇਂ ਯਾਦ ਆ ਗਏ ਇਕੱਠੇ ਨਾਲ, ਬੜਾ ਵਧੀਆ ਲੱਗਿਆ। ਮਹਾਰਾਜ ਮੌਸਮ ਨੇ ਵੀ ਆਪਣਾ ਰੰਗ ਬਦਲ ਲਿਆ, ਦਿਖਾਓ ਮੌਸਮ ਵੀ ਬਹੁਤ ਅੱਜ ਵਧੀਆ। ਸੋਰੀ, ਇੱਥੇ ਦੀ ਜਿਹੜੀ ਲੋਕੇਸ਼ਨ ਆ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਅਤੇ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਮਾਹੌਲ ਆ, ਮਤਲਬ ਲੁਧਿਆਣਾ ਸ਼ਹਿਰ ਨਹੀਂ ਲੱਗ ਰਿਹਾ, ਵੀ ਐਵੇਂ ਲੱਗ ਰਿਹਾ ਗੋਆ 'ਚ ਆ ਗਏ ਹਾਂ। ਅਤੇ ਚਲੋ ਦੋਸਤੋ, ਹੁਣ ਆਪਾਂ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਹਾਂ, ਅਤੇ ਐਂਡ ਵਿੱਚ ਮੇਰੇ ਵੱਲੋਂ ਅਤੇ ਅਮਨ ਅਤੇ ਕਮਲ ਦੇ ਵੱਲੋਂ ਸਤਿ ਸ਼੍ਰੀ ਅਕਾਲ। ਓਕੇ।